उम्मीदवार हिंदा दे कतल मामले च होया हैरान करन वाला वड्डा खुलासा। पत्नी ही निकली पति दी कातिल। बठिंडा जिले दे पिंड जेठुके च आम आदमी पार्टी दे उम्मीदवार हरिंदर सिंह हिंदा दे कतल दी गुत्थी सुलझाउंदे होए पुलिस नूं वड्डी सफलता मिली। प्रेस कॉन्फ्रेंस दौरान बठिंडा रेंज दे IG MF फारूकी ने जानकारी दिंदे दस्या कि 10 सितंबर नूं पिंड जेठुके च आम आदमी पार्टी दे विधायक हरविंदर सिंह हिंदा दा कतल कर दिता गया सी। तुहानूं दस दईए कि हरिंदर हिंदा जिला परिषद चोणां विच आम आदमी पार्टी दे गिल कलां तों उम्मीदवार सन। पुलिस ने हिंदा दी पत्नी समेत उसके चार साथियों नूं गिरफ्तार करके दोषियों खिलाफ मामला दर्ज करके कार्रवाई शुरू कर दी। एक जिला परिषद लई इलेक्शन उन्हां दी घर च हत्या हो गई सी, मर्डर हो गया सीगा। ते वो जिहड़ा कैंडीडेट है वो आप पार्टी दा कैंडीडेट सीगे। ते इह मतलब अंदेशा जाहिर किया जा रहा है कि शायद कोई ये कोई पॉलिटिकल मोटिव होवे। जड़ी सानू इतला मिली सी कि उन्हां दी वाइफ ने सानू दस्या सीगा कि भी तीन बंदे घर च आए सीगे ते शाम नू जदों वो बंदे नू लै करके शराब पीन लई ठेके ते गए ते ठेके तो शराब पीन तो बाद जदों मुड़ के रात नू आए ते उन्होंने अपनी मिसेज़ नू कहा कि भी तुसी उपर कोठे ते पै जाओ ते वो बंदे नाल पै गए। तो सुबह जिहड़ा सीगा उन्हां दी डेड बॉडी उत्थे मिली सीगी। जदों आपां तफ्तीश शुरू कीती सीगी ये जिहड़े बयान सीगे इहदी वेरीफिकेशन शुरू कीती ते सानू इहदे विच पता लग्गिया कि मामला जिहड़ा हैगा शक्की जिहा हैगा, क्योंकि जिहड़े ठेके ते जा के शराब पीण वाली गल्लां होईआं जिहड़ी बात कर रहे सीगे उहदे च कोई वेरीफिकेशन नहीं हुई सी। ते आपां इहदी होर इलैक्ट्रॉनिक इन्वेस्टिगेशन कीती, ਗੱਲਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਸਾਡੀ ਸ਼ੁਰੂ ਹੋਈ ਤੇ ਇਹਦੇ ਵਿੱਚੋਂ ਜਿਹੜੀ ਇਹ ਲੇਡੀ ਹੈ ਇਹਨੇ ਕਿਰਨਪਾਲ ਕੌਰ ਇਹਨੇ ਆਪਣਾ ਗੁਨਾਹ ਕਬੂਲ ਕੀਤਾ ਕਿ ਇਹਦੇ ਸੰਬੰਧ ਇੱਕ ਬੰਟੀ ਨਾਂ ਦਾ ਬੰਦਾ ਹੈਗਾ ਉਹਦੇ ਨਾਲ ਵੀ ਸੀਗੇ ਤੇ ਇੱਕ ਬੰਦਾ ਹੋਰ ਹੈਗਾ ਜਿਹੜਾ ਬਾਬਾ ਕੀ ਨਾਂ ਦਾ ਬਾਬਾ ਮੱਖਣ ਬਾਬਾ ਜਿਹੜਾ ਹੈਗਾ ਉਹਦੇ ਨਾਲ ਸੰਬੰਧ ਸੀਗੇ ਅਤੇ ਮੱਖਣ ਬਾਬਾ ਅਤੇ ਉਹਦੇ ਨਾਲ ਦੋ ਬੰਦੇ ਹੋਰ ਸੀਗੇ ਉਹਨਾਂ ਨੂੰ ਨਾਲ ਲੈ ਕਰਕੇ ਉਹਨੇ ਇਹਦੇ ਵਿੱਚ ਇਹ ਵਾਰਦਾਤ ਕਰਾਈ ਹੈ। ਇਸਨੇ ਆਪਣੇ ਹਸਬੈਂਡ ਦੀ ਖਾਣੇ ਵਿੱਚ ਅੰਡੇ ਦੀ ਪੁਰਜੀ ਜਿਹੜੀ ਬਣਾਈ ਸੀਗੀ ਉਹਦੇ ਵਿੱਚ ਨੀਂਦ ਦੀ ਦਵਾਈਆਂ ਮਿਲਾਤੀਆਂ ਅਤੇ ਰਾਤ ਨੂੰ ਇਹ ਬੰਦਿਆਂ ਨੂੰ ਬੁਲਾ ਕਰਕੇ ਆਪਣੇ ਘਰ 'ਚ ਬੁਲਾਇਆ ਅਤੇ ਉਹਨਾਂ ਨੇ ਇਹਦਾ ਮਰਡਰ ਕਰਤਾ। ਜਦੋਂ ਇਹਦੀ ਸਾਰੀ ਪੜਤਾਲ ਹੋਈ ਤਾਂ ਆਪਾਂ ਇਹ ਜਿਹੜੇ ਤਿੰਨ ਬੰਦੇ ਸੀਗੇ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਕਿਰਨਪਾਲ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੋਇਆ। ਇਹਦੇ ਵਿੱਚ ਜਿਹੜੀ ਮੋਟਰਸਾਈਕਲ ਤੋਂ ਉਹ ਆਏ ਸੀਗੇ ਉਹ ਮੋਟਰਸਾਈਕਲ ਵੀ ਬਰਾਮਦ ਹੋ ਗਈ ਹੈਗੀ। ਜਿਹੜੇ ਇਹਦੇ ਵਿੱਚ ਹਾਕੀ ਯੂਜ਼ ਕੀਤੀ ਗਈ ਸੀ ਜਿਹਦੇ ਤੋਂ ਇਹਨਾਂ ਨੇ ਮਰਡਰ ਕੀਤਾ ਸੀਗਾ ਉਹਦੀ ਬਰਾਮਦਗੀ ਬਾਕੀ ਹੈ ਅਤੇ ਆਪਾਂ ਇਹਨਾਂ ਦੀ ਰਿਮਾਂਡ ਲੈ ਕਰਕੇ ਉਹਦੀ ਬਰਾਮਦਗੀ ਕਰਾਵਾਂਗੇ। ਜਿਹੜਾ ਬੰਦਾ ਜਿਹਦੇ ਨਾਲ ਇਹਦੇ ਇਲਿਸਿਟ ਰਿਲੇਸ਼ਨਸ਼ਿਪ ਸੀਗੇ ਸੰਦੀਪ ਕੁਮਾਰ ਔਰ ਬੰਟੀ ਉਹਨੂੰ ਗ੍ਰਿਫਤਾਰ ਕਰਨਾ ਬਾਕੀ ਹੈਗਾ। ਇਹਦੋਂ ਪਹਿਲਾਂ ਵੀ ਜਿਹੜੀ ਗੱਲਾਂ ਇੰਟਰੋਗੇਸ਼ਨ 'ਚ ਆਈਆਂ ਉਹਦੇ ਵਿੱਚ ਇਹ ਵੀ ਸਾਬਿਤ ਹੋਇਆ ਕਿ ਇਹ ਜਿਹੜੀ ਲੇਡੀ ਹੈਗੀ ਇਹਦੇ ਪਹਿਲਾਂ ਤੋਂ ਹੀ ਇਹਦੇ ਨਾਲ ਮਾੜੇ ਸੰਬੰਧ ਸੀਗੇ ਅਤੇ ਇਹਨਾਂ ਨੇ ਇਹਦੋਂ ਪਹਿਲਾਂ ਵੀ ਕਿਸੇ ਹੋਰ ਨੂੰ ਸੁਪਾਰੀ ਦੇ ਕਰਕੇ ਇਹਦੀ ਕਿਲਿੰਗ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਹਦੇ ਵਿੱਚ ਇਹਨਾਂ ਨੇ ਉਹ ਬੰਦਿਆਂ ਨੂੰ ਪੈਸੇ ਵੀ ਦਿੱਤੇ ਸੀਗੇ ਪਰ ਉਹ ਬੰਦੇ ਇਸ ਕੰਮ ਦੇ ਕਰਨ ਤੋਂ ਮੁਕਰ ਗਏ ਬਾਅਦ ਅਤੇ ਇਹਨਾਂ ਨੇ ਦੁਬਾਰਾ ਜਿਹੜਾ ਇਹ ਬਾਬਾ ਹੈਗਾ ਮੱਖਣ ਅਤੇ ਇਹਨੂੰ ਅਤੇ ਦੂਜੇ ਹੋਰ ਬੰਦੇ ਨੂੰ ਤਿਆਰ ਕੀਤਾ ਕਿ ਇਹ ਮਰਡਰ ਨੂੰ ਅੰਜਾਮ ਦੇਣ। ਇਹ ਤਿੰਨ ਚਾਰ ਦਿਨ 'ਚ ਲਗਾਤਾਰ ਸਾਡੀ ਪੁਲਿਸ ਫੋਰਸ ਨੇ ਸਾਡੀ ਸਪੈਸ਼ਲ ਬ੍ਰਾਂਚ ਜਿਹੜੀ ਹੈ ਉਹਨੇ SSP ਸਾਹਿਬ SPD ਸਾਹਿਬ ਅਤੇ ਬਾਕੀ ਸਾਰੀ ਪੂਰੀ ਟੀਮ ਨੇ ਬੜੀ ਤਨਦੇਹੀ ਨਾਲ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਹੈਗੀ ਅਤੇ ਸਾਨੂੰ ਇਹਦੇ ਵਿੱਚ ਬਹੁਤ ਛੋਟੇ ਸਮਾਂ 'ਚ ਆਹ ਜਿਹੜਾ ਪੋਲੀਟੀਕਲੀ ਮੋਟੀਵੇਟਿਡ ਸਮਝਿਆ ਜਾ ਰਿਹਾ ਸੀਗਾ ਕਿ ਇਹ ਮਰਡਰ ਹੈਗਾ ਇਹਨੂੰ ਸੋਲਵ ਕਰਨ 'ਚ ਕਾਮਯਾਬੀ ਮਿਲੀ ਹੈ। ਇਹ ਜਿਹੜਾ ਬੇਸਿਕਲੀ ਸਾਰੀ ਪੁੱਛ ਪੜਤਾਲ ਤੋਂ ਬਾਅਦ ਇਹਦੇ ਵਿੱਚ ਜਿਹੜੀ ਗੱਲ ਨਿਕਲੀ ਹੈ ਉਹ ਇਹ ਹੈਗੀ ਕਿ ਇਹ ਲੇਡੀ ਆਪਣੇ ਹਸਬੈਂਡ ਤੋਂ ਨਾਰਾਜ਼ ਰਹਿੰਦੀ ਸੀਗੀ, ਇਹਦੇ ਮੈਟ੍ਰੀਮੋਨੀਅਲ ਡਿਸਪਿਊਟ ਹੈਗੇ ਸੀ ਅਤੇ ਇਹਦੇ ਸੰਬੰਧ ਜਿਹੜੇ ਸੀਗੇ ਉਹ ਦੂਜੇ ਬੰਦਿਆਂ ਨਾਲ ਬਣੇ ਹੋਏ ਸੀਗੇ ਜਿਹਦੇ ਕਰਕੇ ਉਹ ਆਪਣੇ ਹਸਬੈਂਡ ਨੂੰ ਐਲੀਮੀਨੇਟ ਕਰਨਾ ਚਾਹੁੰਦੀ ਸੀ। ਗੱਲਾਂ ਇਹਦੇ ਵਿੱਚ ਇਹ ਵੀ ਆਈਆਂ ਕਿ ਜਿਹੜੇ ਬੰਦੇ ਨਾਲ ਇਹਦੇ ਸੰਬੰਧ ਹੈਗੇ ਉਹਦੇ ਨਾਲ ਇਹਦੇ ਹਸਬੈਂਡ ਨੇ ਕਈ ਵਾਰੀ ਉਹਨੂੰ
ਫੜ ਵੀ ਲਿਆ ਸੀਗਾ ਤੇ ਉਦੋਂ ਬਾਅਦ ਇਹ ਇਹਨੂੰ ਮਾਰਕੁੱਟ ਕਰਨਾ ਤੇ ਦੂਜੇ ਹੋਰ ਤਰੀਕੇ ਨਾਲ ਇਹਨੂੰ ਐਕਸਪਲੋਇਟ ਕਰਨਾ ਸ਼ੁਰੂ ਕੀਤਾ ਸੀ, ਜਿਹਦੇ ਕਰਕੇ ਇਹਨੇ ਇਹ ਮਨ ਬਣਾਇਆ ਸੀਗਾ ਕਿ ਆਪਣੇ ਹਸਬੈਂਡ ਨੂੰ ਇਲੀਮੀਨੇਟ ਕਰਾ ਕਰਕੇ ਉਹਦੇ ਨਾਲ ਰਹੂਗੀ। ਤੇ ਮੈਂ ਇਸ ਮੌਕੇ ਤੇ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਐਸ ਐਸ ਪੀ ਸਾਹਿਬ ਨੂੰ ਤੇ ਉਹਨਾਂ ਦੀ ਸਪੈਸ਼ਲ ਬ੍ਰਾਂਚ ਤੇ ਬਾਕੀ ਹੋਰ ਪੁਲਿਸ ਅਫਸਰ ਜਿਨ੍ਹਾਂ ਨੇ ਇਹ ਬੜੀ ਮਿਹਨਤ ਨਾਲ ਇਹਨੂੰ ਸੋਲਵ ਕੀਤਾ ਹੋਇਆ। ਇਹ ਲਗਾਤਾਰ ਦੂਜੇ ਦਿਨ ਦੂਜੀ ਵੱਡੀ ਸਫਲਤਾ ਹੈਗੀ। ਕੱਲ੍ਹ ਜਿਹੜਾ ਇੱਕ ਗੁਟਕਾ ਸਾਹਿਬ ਦੇ ਅੰਗ ਪੰਗ ਵਾਲੀ ਜਿਹੜੀ ਵਾਰਦਾਤ ਸੀਗੀ ਉਹਦੇ ਵਿੱਚ ਵੀ ਸਾਨੂੰ ਕਾਮਯਾਬੀ ਮਿਲੀ ਸੀਗੀ, ਆਪਾਂ 8-9 ਘੰਟੇ ਦੇ ਵਿੱਚ ਹੀ ਇਹਨੂੰ ਸੋਲਵ ਕਰ ਲਿਆ ਸੀਗਾ। ਅਤੇ ਆਹ ਘਟਨਾ ਜਿਹੜੀ ਹੋਈ ਹੈ ਇਹ ਵੀ ਬਹੁਤ ਸ਼ਲਾਘਾਯੋਗ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ ਹੈਗੀ। ਨਹੀਂ ਇਹਦੇ ਵਿੱਚ ਉਹਦਾ ਕੋਈ ਰੋਲ ਨਹੀਂ ਆਇਆ ਫਿਲਹਾਲ, ਨਹੀਂ ਇਹ ਇਸ ਮਾਮਲੇ ਦੀ ਆਪਾਂ ਪੜਤਾਲ ਕਰਾਂਗੇ ਜੇ ਅਗਰ ਇਹਦੇ ਵਿੱਚ ਕੋਈ ਫਿਲਹਾਲ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹਦਾ ਕੋਈ ਰੋਲ ਨਹੀਂ ਆਇਆ। ਹਾਂ ਜੀ ਪੜਤਾਲ ਹੋਈ ਹੈ ਜੀ। ਹਾਂ ਜੀ ਦੇਖੋ ਜਿਹੜੀ ਗੱਲ ਉਹਨੇ ਕਹੀ ਸੀਗੀ ਕਿ ਵੀ ਸ਼ਰਾਬ ਪੀਣ ਲਈ ਗਿਆ ਤਾਂ ਆਪਾਂ ਢਾਬੇ ਤੋਂ ਵੀ ਵੈਰੀਫਾਈ ਕੀਤਾ ਸੀਗਾ, ਫਿਰ ਉਹਦੀ ਕਾਲ ਰਿਕਾਰਡਸ ਵੀ ਜਿਹੜੇ ਹੈਗੇ ਆਪਾਂ ਐਗਜ਼ਾਮਿਨ ਕੀਤੀ, ਉਹਦੇ ਵਿੱਚ ਜਿਹੜੀ ਗੱਲਾਂ ਹੋਈਆਂ ਸੀਗੀਆਂ ਉਹਦੇ ਮੁਤਾਬਿਕ ਆਪਾਂ ਇਹ ਇਨਵੈਸਟੀਗੇਸ਼ਨ ਤਫਤੀਸ਼ ਜਿਹੜੀ ਹੈਗੀ ਉਹਦਾ ਦਾਇਰਾ ਫੈਲਾਇਆ ਸੀਗਾ ਅਤੇ ਇਹਦੇ ਵਿੱਚੋਂ ਜਿਹੜੀ ਨਵੀਆਂ ਗੱਲਾਂ ਆਈਆਂ ਸੀਗੀਆਂ ਪਿੰਡ ਤੋਂ ਵੀ ਜਿਹੜੀ ਪੜਤਾਲ ਹੋਈ ਸੀਗੀ ਉਹ ਸਾਰੇ ਫੈਕਟ ਮਿਲਾ ਕਰਕੇ ਆਪਾਂ ਇਹਦੇ ਵਿੱਚ ਜਦੋਂ ਉਹਨੂੰ ਕਨਫਰੰਟ ਕੀਤਾ ਅਤੇ ਉਹਦੇ ਵਿੱਚ ਉਹਦੇ ਜਵਾਬ ਤਸੱਲੀ ਬਖਸ਼ ਨਹੀਂ ਸੀਗੇ ਅਤੇ ਉਹ ਆਖਿਰਕਾਰ ਉਹ ਬ੍ਰੇਕ ਹੋ ਗਈ। ਇਹ ਤਕਰੀਬਨ 6 ਮਹੀਨਾ ਪਹਿਲਾਂ ਦੀ ਗੱਲ ਹੋਊਗੀ ਜਿਹਦੇ ਵਿੱਚ ਇਹਨਾਂ ਨੇ ਇੱਕ ਵਾਰੀ ਹੋਰ ਪਹਿਲਾਂ ਐਫਰਟ ਕੀਤਾ ਸੀਗਾ ਕਿ ਇਹ ਕਿਸੇ ਨੂੰ ਤਿਆਰ ਕਰਕੇ ਇਹਦਾ ਇਹਨੂੰ ਜਿਹੜਾ ਹੈਗਾ ਇਲੀਮੀਨੇਟ ਕਰਾਇਆ ਜਾਵੇ, ਪਰ ਉਸ ਵੇਲੇ ਇਹਨੂੰ ਕਾਮਯਾਬੀ ਨਹੀਂ ਮਿਲੀ ਸੀ ਅਤੇ ਇਸ ਵਾਰੀ ਇਹ ਬੰਦੇ ਜਿਹੜੇ ਹੈਗੇ ਉਹ ਤਿਆਰ ਹੋ ਗਏ ਸੀਗੇ ਇਹਨਾਂ ਨਾਲ ਰਲ ਕੇ ਕੰਮ ਕਰਨ ਲਈ। ਦੇਖੋ ਬਲੰਟ ਵੈਪਨ ਨਾਲ ਹੱਤਿਆ ਹੋਈ ਹੈ ਕਿਉਂਕਿ ਇਹਨਾਂ ਨੂੰ ਇਹ ਵੀ ਤਸੱਲੀ ਸੀਗੀ ਕਿ ਹੁਣ ਇਹਨੂੰ ਦਵਾਈ ਵਾਈ ਦੇਤੀ ਹੈਗੀ ਅਤੇ ਇਹਦੇ ਵਿੱਚੋਂ ਉੱਠੂਗਾ ਨਹੀਂ, ਅਤੇ ਇਹਨਾਂ ਕੋਲ ਹਾਕੀ ਸੀਗੀ ਜਿਹਦੇ ਨਾਲ ਇਹਨਾਂ ਨੇ ਵਾਰ ਕੀਤਾ। ਪਹਿਲਾਂ ਤਾਂ ਕੋਸ਼ਿਸ਼ ਕੀਤੀ ਸੀਗੀ ਕਿ ਤੱਕੀਏ ਨਾਲ ਇਹਦਾ ਜਿਹੜਾ ਹੈਗਾ ਗਲਾ ਕੋਟ ਦਿੱਤਾ ਜਾਵੇ, ਪਰ ਇਹਨਾਂ ਨੇ ਇਨਸ਼ੋਰ ਕਰਨ ਲਈ ਇਹਨੂੰ ਹਾਕੀ ਦੇ ਵਾਰ ਕਰਕੇ ਇਨਸ਼ੋਰ ਕੀਤਾ ਕਿ ਇਹ ਮਰ ਜਾਏ। ਪੋਸਟਮਾਰਟਮ ਰਿਪੋਰਟ ਵਿਲ ਸੇ ਕਿ ਵਾਟ ਵਾਜ਼ ਦਾ ਐਕਚੁਅਲ ਕੋਜ਼ ਆਫ ਡੈਥ, ਲੇਕਿਨ ਜਿਹੜੀ ਇੰਟਰੋਗੇਸ਼ਨ ਰਿਪੋਰਟ ਹੈ ਉਹਦੇ ਵਿੱਚ ਇਹ ਦੋਨੋਂ ਤਰੀਕੇ ਵਰਤੋਂ ਕਰਨ ਦੀ ਇਹਨਾਂ ਨੇ ਕੀਤੀ ਸੀਗੀ। ਵਾਟ ਵੂਡ ਵਾਜ਼ ਫੈਟਲ ਜਾਂ ਕੀ ਹੋਇਆ ਸੀਗਾ ਇਹ ਤਾਂ ਜਿਹੜਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ। ₹1,00,000 ਦਿੱਤੇ ਗਏ ਸੀਗੇ ਜਿਹਦੇ ਵਿੱਚ ₹30,000 ਰਿਪੋਰਟਡਲੀ ਸੰਦੀਪ ਕੁਮਾਰ ਬੰਟੀ ਨੇ ਦਿੱਤੇ ਸੀਗੇ ਅਤੇ ₹70,000 ਨੇ ਦਿੱਤੇ ਸੀਗੇ। ਉਹ ਬੰਦੇ ਜਿਹੜੇ ਹੈਗੇ ਉਹ ਸ਼ਾਮਿਲ ਪੜਤਾਲ ਕਰਨ ਵਾਲੇ ਨੇ, ਇਹਨਾਂ ਦੇ ਬਾਰੇ ਵੀ ਪਤਾ ਕੀਤਾ ਜਾ ਰਿਹਾ, ਪਰ ਚੂੰਕਿ ਉਹਨਾਂ ਨੇ ਕੋਈ ਇਹਦੇ ਵਿੱਚ ਕੋਈ ਕੋਗਨੀਜੈਂਸ ਲਿਆ ਨਹੀਂ, ਕੋਈ ਜੁਰਮ ਨਹੀਂ ਕੀਤਾ, ਕੋਈ ਵਾਅਦਾ ਮਤਲਬ ਹੋਇਆ ਨਹੀਂ ਹੈਗਾ, ਇਸ ਕਰਕੇ ਉਹ ਇਸ ਜੁਰਮ ਦੇ ਦਾਇਰੇ 'ਚ ਨਹੀਂ ਆ ਸਕਦੇ। ਬਠਿੰਡਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।